ਤੁਸੀਂ ਦੇਖ ਰਹੇ ਹੋ ਏਬੀਸੀ ਪੰਜਾਬ। ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਭੁੱਲਰ, ਸਭ ਦਾ ਸਵਾਗਤ ਕਰਦੇ ਹਾਂ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ, ਸ਼ਾਇਦ ਪਹਿਲੀ ਦਫਾ ਹੋਊਗਾ ਪੰਜਾਬ ਦੇ ਇਤਿਹਾਸ ਦੇ ਵਿੱਚ ਕਿ ਕਿਸੇ ਮੁੱਖ ਮੰਤਰੀ ਵੱਲੋਂ ਸੂਬੇ ਭਰ ਦੇ ਜਿਹੜੇ ਪ੍ਰਿੰਸੀਪਲ ਨੇ, ਹੈਡ ਮਾਸਟਰ ਨੇ, ਪਲੱਸ ਜਿਹੜੇ ਡੀਓ ਨੇ, ਡਿਪਟੀ ਡੀਓ ਨੇ, ਉਹਨਾਂ ਦੇ ਨਾਲ ਸਿੱਖਿਆ ਸੁਧਾਰਾਂ ਨੂੰ ਲੈ ਕੇ ਖੁੱਲ੍ਹੀ ਗੱਲਬਾਤ ਕੀਤੀ। ਕਿਉਂਕਿ ਸਰਕਾਰ ਦਾ ਯਤਨ ਆ ਕਿ ਖਾਸ ਕਰਕੇ ਜਿਹੜੀ ਸਰਕਾਰੀ ਸਿੱਖਿਆ, ਜਿਸ ਤੋਂ ਲੋਕ ਦੂਰ ਹੁੰਦੇ ਜਾ ਰਹੇ ਨੇ, ਔਰ ਹਰ ਕੋਈ ਅੱਜ ਕੱਲ੍ਹ ਚਾਹੁੰਦਾ ਕਿ ਉਹਨਾਂ ਦਾ ਬੱਚਾ ਪ੍ਰਾਈਵੇਟ ਸਕੂਲਾਂ ਵਿੱਚ, ਕਿਉਂਕਿ ਸਰਕਾਰੀ ਸਕੂਲਾਂ 'ਚ ਇਹ ਮਹਿਸੂਸ ਕਰ ਲੱਗ ਪਿਆ ਕਿ ਸ਼ਾਇਦ ਇਹ ਗਰੀਬਾਂ ਦੇ ਸਕੂਲ ਹੈ। ਚੰਗਾ ਯਤਨ ਕੀਤਾ ਗਿਆ ਤੇ ਅੱਜ ਅਸੀਂ ਮਸਲੇ ਦੀ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਫਿਰੋਜ਼ਪੁਰ ਪ੍ਰਾਇਮਰੀ ਸਕੂਲ ਸਿੱਖਿਆ ਤੋਂ ਡਿਪਟੀ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਨੇ, ਪ੍ਰਿੰਸੀਪਲ ਸੁਖਵਿੰਦਰ ਸਿੰਘ ਹੋਣਾ ਦੇ ਨਾਲ ਉਹਨਾਂ ਦੇ ਗੱਲ ਨਾਲ ਗੱਲਬਾਤ ਕਰਦੇ। ਪ੍ਰਿੰਸੀਪਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਜਗਤਾਰ ਜੀ, ਔਰ ABC ਨਿਊਜ਼ ਦਾ ਬਹੁਤ ਧੰਨਵਾਦੀ ਹਾਂ ਜਿਹਨੇ ਸਾਰੇ ਪੰਜਾਬੀਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਅੱਛਾ, ਇਹ ਪਹਿਲੀ ਜਿਹੜਾ ਅੱਜ ਪ੍ਰੋਗਰਾਮ ਹੋਇਆ, ਪਹਿਲਾਂ ਦੱਸੋ ਕਿ ਕਿਵੇਂ ਦਾ ਲੱਗਾ, ਔਰ ਸਰਕਾਰ ਦੇ ਜਿਹੜੇ ਉਪਰਾਲੇ ਨੇ, ਯਤਨ ਨੇ, ਉਹਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਟੀਚਰ ਜਾਂ ਜਿਹੜੇ ਸਿੱਖਿਆ ਵਿਭਾਗ ਦੇ ਵਿੱਚ ਕੰਮ ਕਰਦੇ ਅਧਿਕਾਰੀ, ਉਹਨਾਂ ਨੇ ਕਿਵੇਂ ਮਹਿਸੂਸ ਕੀਤਾ ਜੀ? ਪੁੱਲਰ ਸਾਹਿਬ, ਇਸ ਤਰ੍ਹਾਂ ਹੈ ਕਿ ਇਸ ਵਾਰ ਆਪਾਂ ਜਿਵੇਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਇਆ ਤਾਂ ਸਿੱਖਿਆ ਅਤੇ ਸਿਹਤ ਦੋ ਮੁੱਖ ਮੁੱਦੇ ਬਣ ਕੇ ਇਲੈਕਸ਼ਨ ਦੇ ਵਿੱਚ ਉੱਭਰੇ ਸੀਗੇ, ਅਤੇ ਉਹਨਾਂ ਮੁੱਦਿਆਂ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਨਵਾਂ ਜਿਹੜਾ ਬਦਲਾਵ ਹੈ ਉਹਦੇ ਤਹਿਤ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਬਣੇ ਨੇ, ਔਰ ਉਹਨਾਂ ਵੱਲੋਂ ਅੱਜ ਇੱਕ ਪਹਿਲਕਦਮੀ ਕੀਤੀ ਗਈ ਹੈ ਕਿ ਸਭ ਤੋਂ ਪਹਿਲਾਂ ਸਿੱਖਿਆ ਵਿਭਾਗ ਦੇ ਵਿੱਚ ਜਿਹੜੇ ਬਤੌਰ ਮੁਖੀ, ਚਾਹੇ ਉਹ ਸਕੂਲ ਪੱਧਰ 'ਤੇ, ਚਾਹੇ ਉਹ ਬਲਾਕ ਪੱਧਰ 'ਤੇ ਅਤੇ ਚਾਹੇ ਉਹ ਜ਼ਿਲ੍ਹਾ ਪੱਧਰ 'ਤੇ, ਯਾਨੀ ਪ੍ਰਿੰਸੀਪਲ, ਮੁੱਖ ਅਧਿਆਪਕ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਉਪ ਜ਼ਿਲ੍ਹਾ ਸਿੱਖਿਆ ਅਫਸਰ, ਜ਼ਿਲ੍ਹਾ ਸਿੱਖਿਆ ਅਫਸਰ ਅਤੇ ਸਾਰੇ ਹੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਜਿਵੇਂ ਡਾਇਰੈਕਟਰ ਸਾਹਿਬਾਨ, ਸਾਡੇ DGSE ਸਾਹਿਬ, ਸੈਕਟਰੀ ਸਾਹਿਬ, ਸਾਰਿਆਂ ਦੀ ਮੌਜੂਦਗੀ ਦੇ ਵਿੱਚ ਇੱਕ ਸਾਰੇ ਪੰਜਾਬ ਭਰ ਦੇ ਅਧਿਕਾਰੀਆਂ ਦੇ ਨਾਲ ਸਿੱਖਿਆ ਸੁਧਾਰਾਂ ਦੇ ਨੂੰ ਲੈ ਕੇ ਜਿਹੜਾ ਅਗਲਾ ਏਜੰਡਾ ਸਰਕਾਰ ਦਾ ਉਹਦੇ ਵਾਸਤੇ ਇਹ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ। ਇਹ ਮੈਂ ਸਮਝਦਾ ਕਿ ਇਹ ਬਹੁਤ ਇੱਕ ਬਹੁਤ ਵਧੀਆ ਅਤੇ ਇੱਕ ਬੜਾ ਵੱਡਾ ਉਪਰਾਲਾ ਜਿਹਦੇ ਨਾਲ ਪੰਜਾਬ ਭਰ ਦੇ ਅਧਿਆਪਕ ਵਰਗ ਦੇ ਵਿੱਚ ਇੱਕ ਨਵੀਂ ਖੁਸ਼ੀ ਦੀ ਲਹਿਰ ਜਾਗੀ ਹੈ ਕਿ ਉਹਨਾਂ ਨੂੰ ਇੱਕ ਇੱਕ ਮਤਲਬ ਆਸ ਦੀ ਕਿਰਨ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਅੱਜ ਜਗੀ ਹੈ ਕਿ ਸ਼ਾਇਦ ਸਰਕਾਰ ਜਿਹੜੀ ਹੈ ਉਹ ਬੜੇ ਜਿਸ ਤਰ੍ਹਾਂ ਕਿਹਾ ਗਿਆ ਸੀ ਉਸੇ ਤਰੀਕੇ ਦੇ ਨਾਲ ਹੀ ਵੱਡੇ ਪੱਧਰ ਦੇ ਉੱਤੇ ਸਿੱਖਿਆ ਵਿਭਾਗ ਵਾਸਤੇ ਕੁਛ ਨਵੀਆਂ ਚੀਜ਼ਾਂ ਲਿਆਉਣ ਜਾ ਰਹੀ ਹੈ। ਪ੍ਰਿੰਸੀਪਲ ਸਾਹਿਬ, ਸਰਕਾਰ ਨੇ ਤੇ ਆਪਣਾ ਪੱਖ ਦੱਸਿਆ ਹੋਊਗਾ, ਲੇਕਿਨ ਗਰਾਊਂਡ ਲੈਵਲ ਤੇ ਜਿਹੜੀਆਂ ਤਰੁੱਟੀਆਂ ਨੇ, ਕਮੀਆਂ ਨੇ, ਦਿੱਕਤਾਂ ਨੇ, ਉਹ ਇੱਕ ਸਕੂਲ ਦਾ ਮਾਸਟਰ ਜਾਣਦਾ, ਇੱਕ ਸਕੂਲ ਦੇ ਵਿੱਚ ਪੜ੍ਹਦਾ ਬੱਚਾ ਜਾਣਦਾ ਤੇ ਪ੍ਰਿੰਸੀਪਲ ਜਾਣਦਾ, ਤੇ ਜਾਂ ਜਿਹੜੇ ਗਰਾਊਂਡ ਲੈਵਲ ਤੇ ਸਿੱਖਿਆ ਅਧਿਕਾਰੀ ਕੰਮ ਕਰਦੇ ਨੇ ਉਹ ਜਾਣਦੇ ਨੇ, ਜਿਹੜੇ ਅੱਜ ਜਿੰਨੇ ਵੀ ਅਧਿਆਪਕ ਨੇ, ਪ੍ਰਿੰਸੀਪਲ ਨੇ ਜਾਂ ਸਰਕਾਰੀ ਅਧਿਕਾਰੀ ਪਹੁੰਚੇ ਨੇ, ਉਹਨਾਂ ਨੇ ਜਿਹੜੀਆਂ ਗਰਾਊਂਡ ਲੈਵਲ ਤੇ ਦਰਪੇਸ਼ ਮੁਸ਼ਕਲਾਂ ਸਾਂਝੀਆਂ ਕੀਤੀਆਂ ਹੋਣਗੀਆਂ, ਉਹ ਕਿਵੇਂ ਦਾ ਤੁਸੀਂ ਮੰਨਦੇ ਕਿ ਕਿੰਨੀਆਂ ਕੀ ਕਮੀਆਂ ਨੇ, ਔਰ ਕਈ ਤਾਂ ਬਿਲਕੁਲ ਛੋਟੀਆਂ ਹੁੰਦੀਆਂ ਲੇਕਿਨ ਅਣਗੌਲੀਆਂ ਜਾਂਦੀਆਂ ਨੇ, ਕਿਹੋ ਜਿਹੀਆਂ ਕਮੀਆਂ ਗਿਣਾਈਆਂ ਗਈਆਂ ਜੀ? ਪੁੱਲਰ ਸਾਹਿਬ, ਇਸ ਤਰ੍ਹਾਂ ਹੈ ਕਿ ਆਪਾਂ ਆਮ ਹੀ ਇਹ ਗੱਲਾਂ ਕਰਦੇ ਹਾਂ ਕਿ ਜਦੋਂ ਸਰਕਾਰ ਪਾਲਿਸੀਆਂ ਬਣਾਉਂਦੀ ਹੈ ਤਾਂ ਪਾਲਿਸੀਆਂ ਜਿਹੜੀਆਂ ਨੇ ਉਹ AC ਕਮਰਿਆਂ ਦੇ ਵਿੱਚ ਬਹਿ ਕੇ ਬਣਾਈਆਂ ਜਾਂਦੀਆਂ ਨੇ ਅਤੇ ਗਰਾਊਂਡ ਰਿਐਲਿਟੀਜ਼ ਜਿਹੜੀਆਂ ਨੇ ਉਹ ਕਈ ਵਾਰ ਅਣਗੌਲੀਆਂ ਰਹਿ ਜਾਂਦੀਆਂ ਨੇ, ਤਾਂ ਇਸੇ ਚੀਜ਼ ਨੂੰ ਕਵਰ ਅਪ ਕਰਨ ਦੇ ਲਈ ਅੱਜ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਹੋਣਾ ਨੇ ਇੱਕ ਆਨਲਾਈਨ ਸਾਨੂੰ ਪੋਰਟਲ ਜਿਹੜਾ ਉਹ ਜਾਰੀ ਕੀਤਾ ਹੈ, ਜਿਹਦੇ ਵਿੱਚ 20 ਮਈ ਤੱਕ ਸਾਰੇ ਪੰਜਾਬ ਦਾ ਜਿਹੜਾ ਅਧਿਆਪਕ ਵਰਗ ਅਤੇ ਨਾਲ ਜਿਹੜੇ ਸਾਡੇ ਪ੍ਰਿੰਸੀਪਲ ਸਾਹਿਬ ਹੈ ਉਹ ਆਪਣੇ ਬੱਚਿਆਂ ਨਾਲ ਵਿਚਾਰ ਵਟਾਂਦਰਾ ਕਰਕੇ, ਆਪਣੇ ਮਾਪਿਆਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ, ਜਾਂ ਜਿੰਨੇ ਵੀ ਸਾਡੇ ਸਿੱਖਿਆ ਦੇ ਖੇਤਰ ਦੇ ਵਿੱਚ ਸਟੇਕ ਹੋਲਡਰ ਹੈਗੇ ਆ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਆਪਣੇ ਜਿਹੜੇ ਸੁਝਾਅ ਨੇ ਉਹ ਆਨਲਾਈਨ ਪੋਰਟਲ ਦੇ ਉੱਤੇ ਦਰਜ ਕਰਨਗੇ
ਤੇ ਉਸ ਤੋਂ ਬਾਅਦ ਜਿਹੜਾ ਇਹ ਭਰੋਸਾ ਦਵਾਇਆ ਗਿਆ ਕਿ ਉਹਨਾਂ ਸਾਰੇ ਸੁਝਾਵਾਂ ਨੂੰ ਪੜ੍ਹਿਆ ਜਾਏਗਾ, ਵਿਚਾਰਿਆ ਜਾਏਗਾ ਤੇ ਉਹਦੇ ਮੁਤਾਬਕ ਹੀ ਜਿਹੜੀ ਸਿੱਖਿਆ ਦੀ ਪਾਲਿਸੀ ਜਿਹੜੀ ਆ ਉਹ ਤਿਆਰ ਕੀਤੀ ਜਾਏਗੀ। ਅੱਛਾ, ਇੱਕ ਸਭ ਤੋਂ ਵੱਡੀ ਗੱਲ ਹੈ, ਪ੍ਰਿੰਸੀਪਲ ਸਾਹਿਬ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਿਹੜੇ ਸਰਕਾਰੀ ਸਕੂਲ ਨੇ, ਚਾਹੇ ਉਹ ਪ੍ਰਾਇਮਰੀ, ਚਾਹੇ ਉਹ ਮਿਡਲ ਹੈ, ਚਾਹੇ ਹਾਈ ਹੈ, ਚਾਹੇ ਸੀਨੀਅਰ ਸੈਕੰਡਰੀ ਸਕੂਲ, ਇੱਦਾਂ ਦਾ ਲੋਕ ਫੀਲ ਕਰ ਰਹੇ ਨੇ ਕਿ ਉਹਨਾਂ ਮਾਤੜਾਂ ਦੇ, ਗਰੀਬਾਂ ਦੇ ਸਕੂਲ ਰਹਿ ਗਏ ਨੇ ਬਣ ਕੇ, ਟੀਚਰਾਂ ਦੀ ਬੜੀ ਕਮੀ ਆ, ਉਹਨੂੰ ਵੀ ਲੈ ਕੇ ਚਰਚਾ ਹੋਈ ਹੈ ਕਿ ਜਾਂ ਮੁੱਖ ਮੰਤਰੀ ਸਾਹਿਬ ਨੇ ਜਾਂ ਸਿੱਖਿਆ ਮੰਤਰੀ ਮੀਤ ਸਾਹਿਬ ਨੇ ਜਾਂ ਸਰਕਾਰੀ ਜਿਹੜੇ ਉੱਚ ਅਧਿਕਾਰੀ ਹੈ ਡਾਇਰੈਕਟਰ ਲੈਵਲ ਦੇ, ਸੈਕਟਰੀ ਲੈਵਲ, ਉਹਨਾਂ ਨੇ ਆਪਣਾ ਹੀ ਪੱਖ ਦੱਸਿਆ ਅੱਜ ਕਿ ਜਾਂ ਜਿਹੜੇ ਟੀਚਰ ਆਏ ਸੀ ਉਹਨਾਂ ਦਾ ਵੀ ਪੱਖ ਸੁਣਿਆ ਹੈਗਾ ਜੀ? ਨਹੀਂ, ਉਹ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਵੀ ਜਿਸ ਤਰ੍ਹਾਂ ਸਾਰੇ ਪੰਜਾਬ ਦੇ ਪ੍ਰਿੰਸੀਪਲ ਸਾਹਿਬਾਨ ਆਏ ਸੀ ਤੇ ਗਿਣਤੀ ਬਹੁਤ ਵੱਡੀ ਸੀ, ਲਗਭਗ 3000 ਦਾ ਇਕੱਠ ਸੀ, ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੁਝਾਅ ਨੇ ਉਹਨਾਂ ਨੂੰ ਫਿਰ ਲੈਣ ਦੇ ਉੱਤੇ ਬੜਾ ਉਹਨੂੰ ਮੈਨੇਜ ਕਰਨਾ ਬੜਾ ਔਖਾ ਸੀ। ਇਸ ਕਰਕੇ ਇੱਕ ਔਨਲਾਈਨ ਪੋਰਟਲ ਜਿਹੜਾ ਆ ਉਹ ਦਿੱਤਾ ਗਿਆ, ਕਿਉਂਕਿ ਸੁਝਾਅ ਦੇਣ ਵਾਸਤੇ ਨਾ ਕਈ ਵਾਰੀ ਸਾਨੂੰ ਸੋਚਣ ਦੀ ਜ਼ਰੂਰਤ ਹੁੰਦੀ ਹੈ ਕਿ ਕਿਹੜੀ ਕਿਹੜੀ ਪਾਲਿਸੀ ਅਸੀਂ ਬਣਾਉਣੀ ਆ, ਤੇ ਇਮੀਡੀਏਟਲੀ ਅਸੀਂ ਕੋਈ ਸੁਝਾਅ ਦਈਏ ਤਾਂ ਕਈ ਵਾਰੀ ਉਹ ਗੱਲ ਕੱਚੀ ਰਹਿ ਜਾਂਦੀ ਹੈ, ਤਾਂ ਇਸ ਵਾਸਤੇ ਇੱਕ ਪ੍ਰੋਪਰ ਜਿਹੜਾ ਸਮਾਂ ਦਿੱਤਾ ਗਿਆ। ਪਰੰਤੂ ਜਿਹੜੀਆਂ ਮੋਟੀਆਂ ਮੋਟੀਆਂ ਗੱਲਾਂ ਨੇ, ਜਿਹੜੀਆਂ ਸਾਡੇ ਸਿੱਖਿਆ ਤੰਤਰ ਦੇ ਵਿੱਚ ਜਿਹੜੀਆਂ ਕਮੀਆਂ ਨੇ, ਉਹਨਾਂ ਦਾ ਜ਼ਿਕਰ ਜਿਹੜਾ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਮਾਣਯੋਗ ਸਿੱਖਿਆ ਮੰਤਰੀ ਮੀਤ ਹੇਅਰ ਜੀ ਵੱਲੋਂ ਕੀਤਾ ਗਿਆ, ਜੇ ਆਪਾਂ ਮੋਟੀਆਂ ਮੋਟੀਆਂ ਗੱਲਾਂ ਦੀ ਗੱਲ ਕਰ ਲਈਏ ਤਾਂ ਇੱਕ ਭਗਵੰਤ ਮਾਨ ਸਾਹਿਬ ਨੇ ਆਪਣੇ ਭਾਸ਼ਣ ਦੇ ਵਿੱਚ ਤੁਸੀਂ ਸੁਣਿਆ ਹੋਣਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਧਿਆਪਕ ਤੋਂ ਸਿਰਫ ਅਧਿਆਪਨ ਦਾ ਹੀ ਕੰਮ ਲਿਆ ਜਾਵੇਗਾ, ਕਿ ਬਹੁਤ ਸਾਰੇ ਕੰਮ ਜਿਹੜੇ ਨੋਨ ਟੀਚਿੰਗ ਵਰਕ ਜਿਹੜੇ ਆ ਜਾਂ ਹੋਰ ਕਈ ਡਿਊਟੀਆਂ ਜਿਹੜੀਆਂ ਨੇ ਉਹ ਅਧਿਆਪਕਾਂ ਦੀਆਂ ਲਾ ਦਿੱਤੀਆਂ ਜਾਂਦੀਆਂ ਨੇ, ਉਹਨਾਂ ਤੋਂ ਜਿਹੜੀ ਆ ਇੱਕ ਅਧਿਆਪਕ ਨੂੰ ਅਸੀਂ ਨਿਜਾਤ ਦੇਵਾਂਗੇ ਤਾਂ ਕਿ ਉਹ ਬੱਚਿਆਂ ਦੇ ਨਾਲ ਜੁੜਿਆ ਰਹੇ ਔਰ ਉਹ ਕੰਸਨਟ੍ਰੇਟ ਕਰੇ ਆਪਣੀ ਅਧਿਆਪਨ ਵੱਲ। ਇਹ ਇੱਕ ਬੜੀ ਵੱਡੀ ਗੱਲ ਹੈ, ਇਹਦੇ ਨਾਲ ਇੱਕ ਬਹੁਤ ਵੱਡੀ ਕ੍ਰਾਂਤੀ ਆਉਣ ਵਾਲੀ ਆ ਆਉਣ ਵਾਲੇ ਸਮੇਂ ਦੇ ਵਿੱਚ। ਔਰ ਦੂਸਰੀ ਗੱਲ ਜਿਹੜੀ ਹੈ ਅਧਿਆਪਕਾਂ ਦੀ ਘਾਟ ਹੈ, ਜਿੱਥੇ ਕਿੱਥੇ ਅਧਿਆਪਕਾਂ ਦੀ ਘਾਟ ਆ ਉਹ ਉਹਨਾਂ ਨੇ ਕਿਹਾ ਕਿ ਸਾਡੇ ਧਿਆਨ 'ਚ ਹੈ ਔਰ ਅਸੀਂ ਆਪਣੀਆਂ ਭਰਤੀਆਂ ਜਿਹੜੀਆਂ ਨੇ ਉਹ ਕੱਢ ਦਿੱਤੀਆਂ ਨੇ, ਉਹ ਬੜੀ ਜਲਦੀ ਹੀ ਅਸੀਂ ਅਧਿਆਪਕਾਂ ਦੀ ਜਿਹੜੀ ਕਮੀ ਹੈ ਉਹ ਪੂਰੀ ਕਰਾਂਗੇ। ਔਰ ਤੀਸਰਾ ਇੱਕ ਸਾਡਾ ਜਿਹੜਾ ਮੁੱਖ ਮੁੱਦਾ ਹੈਗਾ ਉਹ ਹੈਗਾ ਜਿਹੜੇ ਸਾਡੇ ਕੱਚੇ ਅਧਿਆਪਕ ਪਿਛਲੇ 15-15 ਸਾਲਾਂ ਤੋਂ ਸਿੱਖਿਆ ਵਿਭਾਗ ਦੇ ਵਿੱਚ ਕੰਮ ਕਰਦੇ ਹੈ, ਉਹਨਾਂ ਨੇ ਕਿਹਾ ਕਿ ਉਹ ਅਸੀਂ 35,000 ਜਿਹੜਾ ਮੁਲਾਜ਼ਮ ਹੈ ਉਹਨੂੰ ਅਸੀਂ ਪੱਕੇ ਕਰਨ ਜਾ ਰਹੇ ਹਾਂ, ਤਾਂ ਉਹਦੇ ਵਿੱਚ ਅਸੀਂ ਉਹਨਾਂ ਨੂੰ ਉਹਨਾਂ ਦੇ ਬਾਰੇ ਵੀ ਜਿਹੜਾ ਵਿਚਾਰ ਰਹੇ ਹਾਂ। ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਜੇ ਆਹ 2-3 ਗੱਲਾਂ ਜਿਹੜੀਆਂ ਨੇ ਅਗਰ ਇਹ ਹੋ ਜਾਂਦੀਆਂ ਨੇ, ਤੇ ਇੱਕ ਚੌਥੀ ਗੱਲ ਜਿਹੜੀ ਹੋਈ ਅੱਜ ਦੀ ਮੀਟਿੰਗ ਦੇ ਵਿੱਚ ਕਿ ਜਿਹੜਾ ਨਵੀਂ ਟੈਕਨੋਲੋਜੀ ਹੈ ਜਿਹੜੀ IT ਨੂੰ ਐਜੂਕੇਸ਼ਨ ਦੇ ਵਿੱਚ ਜਿਹੜਾ ਉਹ ਜ਼ਿਆਦਾ ਕਿਸ ਤਰ੍ਹਾਂ ਅਸੀਂ ਅੱਗੇ ਵਧਾ ਸਕਦੇ ਹਾਂ ਉਹਨੂੰ ਲਿਆਂਦਾ ਜਾਊਗਾ, ਔਰ ਉਹਦੇ ਵਾਸਤੇ ਸਾਡੇ ਜਾਂ ਜਿਹੜੇ ਦਿੱਲੀ ਦੇ ਵਿੱਚ ਕੁਛ ਨਵੇਕਲੇ ਉਪਰਾਲੇ ਦਿੱਲੀ ਸਰਕਾਰ ਵੱਲੋਂ ਕੀਤੇ ਗਏ ਨੇ ਉਹਨਾਂ ਤੋਂ ਵੀ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਵਿਚਾਰਿਆ ਜਾਏਗਾ ਕਿ ਅਗਰ ਉਹਦੇ ਵਿੱਚ ਕੋਈ ਚੰਗੀਆਂ ਗੱਲਾਂ ਨੇ ਤਾਂ ਉਹ ਕੱਢ ਕੇ ਅਸੀਂ ਆਪਣੇ ਪੰਜਾਬ ਦੇ ਸਿੱਖਿਆ ਤੰਤਰ ਦੇ ਵਿੱਚ ਵੀ ਅਸੀਂ ਲਾਗੂ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ। ਔਰ ਇਸ ਤੋਂ ਇਲਾਵਾ ਇੱਕ ਗੱਲ ਹੋਰ ਕਹੀ ਗਈ ਹੈ, ਕਿ ਗੱਲ ਰੱਖੋ ਆਪਣੀ ਜੀ, ਜਿਹੜੇ ਪੰਜਾਬ ਦੇ ਜਿਹੜੇ ਸਿੱਖਿਆ ਦੇ ਖੇਤਰ 'ਚ ਕੰਮ ਕਰਦੇ ਜਿਹੜੇ ਅਧਿਕਾਰੀ ਹੈ ਉਹਨਾਂ ਨੂੰ ਪੜਾਅਵਾਰ ਬਾਹਰਲੇ ਮੁਲਕਾਂ ਦੇ ਵੱਲ ਵੀ ਜਿਹੜਾ ਉਹ ਭੇਜਿਆ ਜਾ ਸਕਦਾ। ਉਸ ਗੱਲ ਤੇ ਮੈਂ ਬਾਅਦ ਚਾਹਾਂਗਾ, ਪਹਿਲਾਂ ਇੱਕ ਇਹ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਕੋਈ ਕਹਿੰਦਾ ਕਿ ਮਿਲੇ ਸਰਕਾਰੀ ਨੌਕਰੀ, ਲੇਕਿਨ ਬੱਚੇ ਉਹਨਾਂ ਦੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹੈਗੇ ਨੇ। ਪੁੱਲਰ ਸਾਹਿਬ ਇਸ ਤਰ੍ਹਾਂ ਹੈ ਕਿ ਜਿਹੜੇ ਬੱਚੇ ਪੜ੍ਹਨ ਦੀ ਗੱਲ ਹੈ, ਬੱਚੇ ਤਾਂ ਸਰਕਾਰੀ ਸਕੂਲਾਂ 'ਚ ਵੀ ਪੜ੍ਹਦੇ ਨੇ ਅਤੇ ਪ੍ਰਾਈਵੇਟ ਸਕੂਲਾਂ 'ਚ ਵੀ ਪੜ੍ਹਦੇ ਨੇ। ਜਿੰਨੇ ਕੁ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੰਜਾਬ 'ਚ ਪੜ੍ਹ ਰਹੇ ਹੈ ਉਸ ਤੋਂ ਵੱਧ ਬੱਚੇ ਸਾਡੇ ਜਿਹੜੇ ਆ ਉਹ ਸਰਕਾਰੀ ਸਕੂਲਾਂ 'ਚ ਵੀ ਪੜ੍ਹ ਰਹੇ ਹੈ। ਜੀ ਜੀ, ਅਤੇ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਫੈਕਟਰ ਹੈਗੇ ਆ ਉਹ ਤੁਹਾਨੂੰ ਵੀ ਪਤਾ ਕਿ ਸਰਕਾਰੀ ਸਕੂਲਾਂ 'ਚ ਕੁਝ ਲੋਕਾਂ ਦੀ ਜਿਹੜੀ ਮਾਨਸਿਕਤਾ ਆ ਉਹ ਵੀ ਹੈ, ਬਾਕੀ ਪਿਛਲੇ ਸਮੇਂ ਦੇ ਵਿੱਚ ਕੁਛ ਕਾਫੀ ਤਬਦੀਲੀ ਜਿਹੜੀ ਆ ਇਹਦੇ ਵਿੱਚ ਆ ਵੀ ਰਹੀ ਹੈ। ਕਰੋਨਾ ਕਾਲ ਦੇ ਵਿੱਚ ਵੀ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਹਟ ਕੇ ਸਰਕਾਰੀ ਸਕੂਲਾਂ 'ਚ ਦਾਖਲ ਹੋਏ ਹੈ, ਤਾਂ ਇੱਕ ਮਾਹੌਲ ਜਿਹੜਾ ਅਗਰ ਚੰਗਾ ਬਣਾਇਆ ਜਾਵੇ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਦੇਖੋ ਹਰ ਕੋਈ ਮਾਂ ਬਾਪ ਇਹ ਚਾਹੁੰਦਾ ਹੈ ਕਿ ਉਹਦੇ ਬੱਚੇ ਨੂੰ ਚੰਗੀ ਸਿੱਖਿਆ ਮਿਲੇ, ਅਤੇ ਜੇਕਰ ਸਾਡੇ ਸਰਕਾਰੀ ਤੰਤਰ ਦੇ ਵਿੱਚ ਜਿਹੜੀਆਂ ਕਮੀਆਂ ਨੇ ਜਿਵੇਂ ਅੱਜ ਮਾਨ ਸਾਹਿਬ ਨੇ ਗੱਲ ਕੀਤੀ ਹੈ ਕਿ ਟੀਚਰ ਨੂੰ ਪੜ੍ਹਾਈ ਤੋਂ ਇਲਾਵਾ ਸਾਰੇ ਕੰਮ ਲੈ ਜਾਂਦੇ ਆ,
ਤਿੰਨ ਤਿੰਨ ਮਹੀਨੇ ਅਗਰ ਟੀਚਰ ਦੀ ਆਪਾਂ ਡਿਊਟੀਆਂ ਲਾ ਕੇ ਉਹਨਾਂ ਨੂੰ ਸਕੂਲਾਂ 'ਚ ਬਾਹਰ ਰੱਖਾਂਗੇ ਅਤੇ ਫਿਰ ਜਿਹੜਾ ਇੱਕ ਜਿਹੜਾ ਜਾਗਰਕ ਮਾਪੇ ਹੈਗੇ ਆ ਉਹ ਕਿਤੇ ਨਾ ਕਿਤੇ ਸੋਚਣਗੇ ਇਸ ਚੀਜ਼ ਵੱਲ ਕਿ ਸਾਡੇ ਬੱਚੇ ਦੇ ਭਵਿੱਖ ਵਾਸਤੇ ਕੀ ਚੰਗਾ ਅਤੇ ਕੀ ਮਾੜਾ ਹੈ। ਬਾਕੀ ਜਿਹੜੀ ਗੱਲ ਸਰਕਾਰੀ ਅਤੇ ਪ੍ਰਾਈਵੇਟ ਅੱਜ ਵੀ ਜਿਹੜੇ ਗੈਰ ਜੇ ਤੁਹਾਨੂੰ ਅੱਜ ਵੀ ਲੱਗਦਾ ਕਿ ਜਿਹੜੇ ਗੈਰ ਵਿੱਦਿਅਕ ਕੰਮ ਨੇ ਉਹ ਸਰਕਾਰਾਂ ਬਹੁਤ ਜ਼ਿਆਦਾ ਲੈ ਰਹੀਆਂ, ਮਾਸਟਰਾਂ ਨੂੰ ਵਿਹਲੇ ਸਮਝਿਆ ਜਾਂਦਾ ਕਿ ਆਹ ਵੀ ਕੰਮ ਦੇ ਦਿਓ, ਆਹ ਵੀ ਦੇ ਦਿਓ, ਆਹ ਵੀ ਦੇ ਦਿਓ, ਪੜ੍ਹਾਈ ਦੀ ਕੋਈ ਗੱਲ ਨਹੀਂ। ਕੰਮ ਤਾਂ ਜੀ ਦੇਖੋ ਲਏ ਜਾਂਦੇ ਆ। ਹੁਣ ਆਪਾਂ ਉਦਾਹਰਣ ਦੇ ਤੌਰ 'ਤੇ ਜੇ ਆਪਾਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਇਆ ਜੀ ਤਾਂ ਉਹ ਬਹੁਤ ਸਾਰੇ ਅਧਿਆਪਕ ਜਿਹੜੇ ਆ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਦਫ਼ਤਰਾਂ ਦੇ ਵਿੱਚ ਵੀ ਬੁਲਾਇਆ ਗਿਆ। ਤਿੰਨ ਤਿੰਨ ਮਹੀਨੇ ਕਈ ਅਧਿਆਪਕ ਜਿਹੜੇ ਆ ਉਹ ਉੱਥੇ ਕੰਮ ਕਰਦੇ ਰਹੇ ਆ। ਤਾਂ ਕੋਈ ਸ਼ੱਕ ਨਹੀਂ ਗਾ ਕਿ ਜਦੋਂ ਇਸ ਤਰ੍ਹਾਂ ਦੇ ਅਸੀਂ ਕੰਮਾਂ ਦੇ ਵਿੱਚ ਭਾਵੇਂ ਕੋਈ ਵੀ ਕੰਮ ਹੋਵੇ ਉਹ ਜਦੋਂ ਕਿਸੇ ਵੀ ਕੰਮ ਵਾਸਤੇ ਅਧਿਆਪਕ ਸਕੂਲ ਦੇ ਵਿੱਚੋਂ ਬਾਹਰ ਨਿਕਲਦਾ ਹੈ ਤਾਂ ਉਹ ਬੱਚਿਆਂ ਦੀ ਜਿਹੜੀ ਲੜੀ ਹੈ ਉਹ ਜ਼ਰੂਰ ਟੁੱਟਦੀ ਹੈ। ਅਤੇ ਸਿੱਖਿਆ ਜਿਹੜੀ ਹੈ ਇਹ ਕੋਈ ਇਹ ਬੜੀ ਮਤਲਬ ਇਹੋ ਜਿਹੀ ਚੀਜ਼ ਹੈ ਕਿ ਇਹ ਇਹਦੇ ਵਾਸਤੇ ਲਗਾਤਾਰਤਾ ਦੀ ਬਹੁਤ ਜ਼ਰੂਰਤ ਹੈ ਜੀ। ਅੱਛਾ ਕਿ ਜੇਕਰ ਉਹਨਾਂ ਨੇ ਕਿਹਾ ਕਿ ਜੇ ਲੋੜ ਪਈ ਤਾਂ ਜਿਹੜੇ ਸਾਡੇ ਜਿਹੜੇ ਟੀਚਰ ਨੇ ਅਸੀਂ ਚਾਹੇ ਸਿੰਗਾਪੁਰ, ਸਵਿਟਜ਼ਰਲੈਂਡ, ਫਿਨਲੈਂਡ ਵਰਗੇ ਦੇਸ਼ਾਂ 'ਚ, ਇੱਥੋਂ ਤੱਕ ਕਿ ਹਾਰਵਰਡ ਅਤੇ ਜਿਹੜੀਆਂ ਵਿਸ਼ਵ ਦੀਆਂ ਆਕਸਫੋਰਡ ਯੂਨੀਵਰਸਿਟੀਆਂ ਉੱਥੇ ਵੀ ਭੇਜਿਆ ਜਾ ਸਕਦਾ, ਤਾਂ ਲੱਗਦਾ ਕਿ ਉੱਥੇ ਜਾਣ ਦੀ ਲੋੜ ਆ, ਭੇਜਣ ਦੀ ਲੋੜ ਆ। ਸਾਡੇ ਜਿਹੜੇ ਪੰਜਾਬ ਦੇ ਟੀਚਰ ਨੇ ਉਹ ਬਹੁਤ ਜ਼ਿਆਦਾ ਕਾਬਲ ਨੇ, ਇਹ ਹੈ ਕਿ ਸਰਕਾਰਾਂ ਨੇ ਮਾਹੌਲ ਨਹੀਂ ਦਿੱਤਾ ਪੜ੍ਹਾਉਣ ਵਾਸਤੇ ਜਾਂ ਹੋਰ ਗੈਰ ਵਿੱਦਿਅਕ ਕੰਮ ਤੇ ਲਾ ਛੱਡਿਆ ਹੈਗਾ। ਇਹ ਬਾਹਰ ਜਾ ਕੇ ਸਾਡੇ ਜਿਹੜੇ ਟੀਚਰ ਨੇ ਜ਼ਿਆਦਾ ਵਧੀਆ ਸਿੱਖ ਕੇ ਆਉਣਗੇ, ਜ਼ਿਆਦਾ ਵਧੀਆ ਪੜ੍ਹਾਉਣਗੇ। ਪੁੱਲਰ ਸਾਹਿਬ ਇਸ ਤਰ੍ਹਾਂ ਹੈ ਇਹਦੇ ਵਿੱਚ ਦੋ ਗੱਲਾਂ ਨੇ। ਹੁਣ ਜਿਵੇਂ ਸਾਡੇ ਜਦੋਂ ਕੋਈ ਸਾਡੇ ਦੇਸ਼ ਦੇ ਵਿੱਚ ਹੀ ਆਪਾਂ ਜੇ ਵੇਖ ਲਈਏ ਤਾਂ ਅਗਰ ਕੋਈ ਬੰਦਾ IAS ਭਰਤੀ ਹੁੰਦਾ ਜੀ ਜਾਂ NDA ਦੇ ਵਿੱਚ ਕੋਈ ਆਰਮੀ ਦੇ ਵਿੱਚ ਭਰਤੀ ਹੁੰਦੀ ਹੈ ਅਫੀਸਰ ਰੈਂਕ ਦੀ ਤਾਂ ਉਹਨੂੰ ਇੱਕ ਬੜੀ ਕੰਪਰੀਹੈਂਸਿਵ ਪ੍ਰੋਫੈਸ਼ਨਲ ਟ੍ਰੇਨਿੰਗ ਕਰਾਈ ਜਾਂਦੀ ਹੈ ਸਾਲ, ਦੋ ਸਾਲ, ਤਿੰਨ ਸਾਲ ਵਾਸਤੇ ਜੀ ਜੀ। ਐਂਡ ਦੈਨ ਫਿਰ ਉਹਨਾਂ ਨੂੰ ਫੀਲਡ ਦੇ ਵਿੱਚ ਭੇਜਿਆ ਜਾਂਦਾ ਜੀ। ਪਰ ਸਿੱਖਿਆ ਵਿਭਾਗ ਦੀ ਆਪਾਂ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਕਮੀ ਮੈਨੂੰ ਨਜ਼ਰ ਆਉਂਦੀ ਹੈ ਕਿ ਸਾਡੇ ਜਦੋਂ ਅਸੀਂ ਪ੍ਰਿੰਸੀਪਲ ਨੂੰ ਭਾਵੇਂ ਪ੍ਰਮੋਟ ਕਰੀਏ ਜਾਂ ਉਹਨੂੰ ਅਸੀਂ ਰਿਕਰੂਟ ਕਰੀਏ ਤਾਂ ਅਸੀਂ ਉਹਨੂੰ ਜਦੋਂ ਰਿਕਰੂਟ ਕਰਦੇ ਹਾਂ ਤਾਂ ਅਸੀਂ ਉਹਨੂੰ ਡਾਇਰੈਕਟ ਸਕੂਲਾਂ ਵੱਲ ਤੋਰ ਦਿੰਦੇ ਹਾਂ ਕਿ ਤੁਸੀਂ ਜਾ ਕੇ ਹੁਣ ਆਪਣੀਆਂ ਕੁਰਸੀਆਂ ਦੇ ਉੱਤੇ ਆਪਣਾ ਕੰਮ ਸ਼ੁਰੂ ਕਰੋ ਜੀ। ਤਾਂ ਅਗਰ ਪ੍ਰੋਫੈਸ਼ਨਲ ਟ੍ਰੇਨਿੰਗ ਕਿਉਂਕਿ ਉਹਦੇ ਨਾਲ ਬੰਦੇ ਦੇ ਇਨਸਾਨ ਦੇ ਸਕਿੱਲ ਤਾਂ ਡਿਵੈਲਪ ਹੁੰਦੇ ਹੀ ਹੈ ਜਦੋਂ ਅਸੀਂ ਕੋਈ ਪ੍ਰੋਫੈਸ਼ਨਲ ਟ੍ਰੇਨਿੰਗ ਕਰਦੇ ਹਾਂ ਉਹ ਪ੍ਰੋਫੈਸ਼ਨਲ ਟ੍ਰੇਨਿੰਗ ਚਾਹੇ ਦੇਸ਼ ਦੇ ਅੰਦਰ ਹੋਵੇ ਅਤੇ ਜੇ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਜਿਵੇਂ ਅੱਜ ਕੱਲ੍ਹ ਕਿਉਂਕਿ ਇੱਕ ਜਿਹੜਾ ਸੰਸਾਰ ਆ ਉਹ ਇੱਕ ਗਲੋਬਲ ਪਿੰਡ ਬਣ ਗਿਆ ਅਤੇ ਜੇ ਸਾਨੂੰ ਕਿਤੇ ਕਿਸੇ ਹੋਰ ਦੇਸ਼ ਦੇ ਨਾਲ ਵੀ ਤਾਲਮੇਲ ਕਰਨਾ ਪੈਂਦਾ ਹੈ ਜਾਂ ਸਾਨੂੰ ਕੋਈ ਚੁਣਿੰਦੇ ਅਧਿਆਪਕਾਂ ਨੂੰ ਕਿਤੇ ਭੇਜਣਾ ਵੀ ਪੈਂਦਾ ਹੈ ਤਾਂ ਉਹ ਵਿੱਚ ਕੋਈ ਮੈਂ ਸਮਝਦਾ ਕਿ ਕੋਈ ਬੁਰਾਈ ਵਾਲੀ ਗੱਲ ਨਹੀਂ ਹੈ। ਉਹ ਤਾਂ ਇਹ ਵੀ ਕਹਿ ਰਹੀ ਸਰਕਾਰ ਕਿ ਚੰਗੇ ਜਿਹੜੇ ਅਧਿਆਪਕ ਹੋਣਗੇ, ਪ੍ਰਿੰਸੀਪਲ ਹੋਣਗੇ, ਸਾਲਾਨਾ ਉਹਨਾਂ ਨੂੰ ਨਾਮ ਦਿੱਤਾ ਜਾਊਗਾ, 10 ਅਧਿਆਪਕਾਂ ਦੀ ਤੇ ਪ੍ਰਿੰਸੀਪਲਾਂ ਦੀ ਸਨਮਾਨਿਤ ਕੀਤਾ ਜਾਊਗਾ। ਵੈਸੇ ਵੀ ਸਟੇਟ ਲੈਵਲ ਦੇ ਪਹਿਲਾਂ ਵੀ ਰਾਸ਼ਟਰੀ ਪੱਧਰ ਦੇ ਉੱਤੇ ਅਵਾਰਡ ਮਿਲਦੇ ਹੀ ਆ ਜਿਹੜੇ ਟੀਚਰਾਂ ਨੂੰ, ਕਿ ਕੋਈ ਲਹਿਦਾ ਅਵਾਰਡ ਹੋਏਗਾ ਜੀ। ਪੁੱਲਰ ਸਾਹਿਬ ਇਸ ਤਰ੍ਹਾਂ ਹੈ ਕਿ ਜਿਹੜੀ ਮੋਟੀਵੇਸ਼ਨ ਹੈ ਜੀ, ਮੋਟੀਵੇਸ਼ਨ ਤੇ ਇੱਕ ਜਿਹੜੀ ਰੈਕੋਗਨੀਸ਼ਨ ਆਫ ਵਰਕ ਜੀ, ਇਹ ਦੋ ਬੜੀਆਂ ਅਹਿਮ ਗੱਲਾਂ ਨੇ। ਜੇਕਰ ਦੇਖੋ ਕਿਉਂਕਿ ਇਨਸਾਨ ਨੂੰ ਅਗਰ ਅਸੀਂ ਹੈਂਡਲ ਕਰਨਾ, ਮੈਨ ਪਾਵਰ ਨੂੰ ਜਦੋਂ ਅਸੀਂ ਮੈਨੇਜਮੈਂਟ ਕਰਨਾ ਉਹਦੀ ਮੈਨੇਜਮੈਂਟ ਕਰਨੀ ਹੈ ਤਾਂ ਉਹਨੂੰ ਅਸੀਂ ਮਸ਼ੀਨ ਵਾਂਗੂ ਮੈਨੇਜ ਨਹੀਂ ਕਰ ਸਕਦੇ। ਇਹ ਕੋਈ ਜਨਰੇਟਰ ਤਾਂ ਹੈ ਨਹੀਂ ਕਿ ਜਦੋਂ ਆਪਾਂ ਜੀ ਕੀਤਾ ਚਲਾ ਲਿਆ, ਜਦੋਂ ਜੀ ਕੀਤਾ ਬੰਦ ਕਰ ਲਿਆ। ਇਨਸਾਨ ਵਾਸਤੇ ਜਦੋਂ ਉਹਦੇ ਤੋਂ ਅਸੀਂ ਕੋਈ ਕੰਮ ਲੈਣਾ ਹੈ ਤਾਂ ਉਹਨੂੰ ਵਾਸਤੇ ਇੱਕ ਚੰਗਾ ਇਨਵਾਇਰਮੈਂਟ ਵੀ ਬੜਾ ਜ਼ਰੂਰੀ ਹੈ, ਪਲੱਸ ਉਹਦੀ ਰੈਕੋਗਨੀਸ਼ਨ ਵੀ ਜ਼ਰੂਰੀ ਹੈ ਅਤੇ ਉਹਦੀ ਮੋਟੀਵੇਸ਼ਨ ਵੀ ਜ਼ਰੂਰੀ ਹੈ। ਜੀ ਜੀ ਜੀ, ਉਹ ਸਰਕਾਰ ਚਾਹੇ ਸਪੈਸ਼ਲ ਅਵਾਰਡ ਰੱਖ ਕੇ ਕਰੇ, ਚਾਹੇ ਮੈਂ ਤਾਂ ਇਹ ਕਹਿੰਦਾ ਹੈ ਕਿ ਇਹ ਜਿਹੜਾ ਕੰਮ ਆ ਇਹ ਕੋਈ ਜ਼ਰੂਰੀ ਨਹੀਂ ਕਿ ਆਪਾਂ ਸਾਲ ਬਾਅਦ ਜਾਂ ਦੋ ਸਾਲਾਂ ਬਾਅਦ ਕਰੀਏ। ਜਦੋਂ ਵੀ ਕੋਈ ਚੰਗਾ ਕੰਮ ਕਰਦਾ ਹੈ ਤਾਂ ਇਹ ਇੱਕ ਕੰਪਰੀਹੈਂਸਿਵ, ਜਿਵੇਂ ਅਸੀਂ ਬੱਚਿਆਂ ਦਾ ਕੰਪਰੀਹੈਂਸਿਵ ਅਵੈਲੂਏਸ਼ਨ ਅਸੀਂ ਸਾਰਾ ਸਾਲ ਕਰਦੇ ਰਹਿੰਦੇ ਹਾਂ, ਇਸ ਤਰ੍ਹਾਂ ਜਿੱਥੇ ਕੰਮ ਚੱਲਦੇ ਆ ਤਾਂ ਮੇਰੇ ਖਿਆਲ ਆ ਨਾਲ ਦੀ ਨਾਲ ਜਿਹੜੇ ਆ ਜੇ ਕੋਈ ਚੰਗਾ ਕੰਮ ਕਿਸੇ ਨੇ ਕੋਈ ਨਿਵੇਕਲਾ ਉਪਰਾਲਾ ਕੀਤਾ ਹੈ ਤਾਂ ਉਹ ਸਾਡੇ ਧਿਆਨ 'ਚ ਆਉਂਦਾ ਹੈ ਸਰਕਾਰ ਦੇ, ਤਾਂ ਸਰਕਾਰ ਨੂੰ ਉਹਨਾਂ ਨੂੰ ਜਿਹੜਾ ਨਾਲ ਦੀ ਨਾਲ ਜਿਹੜਾ ਇਨਾਮ ਦੇਣੇ ਚਾਹੀਦੇ ਆ ਤਾਂ ਕਿ ਕਿਉਂਕਿ ਜਦੋਂ ਇੰਸਟੈਂਟ ਆਪਾਂ ਨੂੰ ਕੋਈ ਅਵਾਰਡ ਮਿਲਦਾ ਹੈ, ਕੰਮ ਦਾ ਅਵਾਰਡ ਮਿਲਦਾ, ਤਾਂ ਬੰਦੇ ਦੀ ਜਿਹੜੀ ਕੰਮ ਕਰਨ ਦੀ ਸਮਰੱਥਾ ਹੋਰ ਵੱਧਦੀ ਹੈ। ਤੇ ਪ੍ਰਿੰਸੀਪਲ ਸਾਹਿਬ ਇੱਕ ਹੋਰ ਆ, ਵਾਰ ਵਾਰ ਦਿੱਲੀ ਮਾਡਲ ਦੀ ਗੱਲ ਕੀਤੀ, ਦੇਖੋ ਉੱਥੇ 1300 ਦੇ ਕਰੀਬ ਸਕੂਲ ਆ, ਸਾਡੇ 20,000 ਦੇ ਕਰੀਬ ਸਕੂਲ ਆ। ਟੀਚਰ ਸਾਡੇ ਕੋਲ ਵੀ ਬਹੁਤ ਕਾਬਲ ਨੇ, ਟੀਚਰ ਦਿੱਲੀ ਦੇ ਵੀ ਕਾਬਲ ਹੋਣਗੇ, ਬੱਚੇ ਸਾਡੇ ਕੋਲ ਵੀ ਬਹੁਤ ਕਾਬਲ ਨੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਜਾਂ
ਪੜਾਉਣ ਵਾਲੇ ਜਿਹੜੇ ਹੈ ਨੇ ਲੋਕ ਉਹ ਏਡੇ ਮਾੜੇ ਨਹੀਂ ਆ ਪਰ ਤੁਹਾਨੂੰ ਲੱਗਦਾ ਫਿਰ ਵੀ ਦਿੱਲੀ ਦਾ ਬਹੁਤ ਜ਼ਿਆਦਾ ਰੋਲ ਆ ਕਿ ਸਾਡੇ ਮਾਸਟਰਾਂ ਨੂੰ ਜਾਂ ਬੱਚਿਆਂ ਨੂੰ ਨਲਾਇਕ ਜਿਹਾ ਪੇਸ਼ ਕੀਤਾ ਗਿਆ ਕਿ ਇੱਥੇ ਸਿਰਫ ਬਿਲਡਿੰਗਾਂ ਨੂੰ ਰੰਗ ਕੀਤੇ ਗਏ ਮੈਂ ਬਹੁਤ ਸਾਰੇ ਸਕੂਲਾਂ ਦਾ ਖੁਦ ਵੀ ਦੌਰਾ ਕੀਤਾ ਕਰਦਾ ਰਹਿੰਦਾ ਹੈਗਾ ਮੈਨੂੰ ਕਿਤੇ ਵੀ ਏਡੀ ਜ਼ਿਆਦਾ ਕਮੀ ਨਹੀਂ ਲੱਗੀ ਠੀਕ ਆ ਟੀਚਰਾਂ ਦੀ ਘਾਟ ਆ ਲੇਕਿਨ ਅੱਜ ਕੱਲ੍ਹ ਹਰ ਕੋਈ ਮਾਪਾ ਜਿਸ ਆਪਾਂ ਜ਼ਿਕਰ ਕਰ ਹੀ ਚੁੱਕੇ ਕਿ ਪ੍ਰਾਇਓਰਟੀ ਅਸੀਂ ਮਾਡਲ ਸਕੂਲ ਰੱਖ ਲਏ ਕਿ ਉੱਥੇ ਚੰਗੀਆਂ ਵਰਦੀਆਂ ਹੋ ਗਈਆਂ ਜੀ ਕਰਕੇ ਲੱਗਦਾ ਕਿ ਇਹ ਜਿਹੜਾ ਗੈਪ ਜਾਂ ਜਿਹੜਾ ਵੱਖਰੇਵਾਂ ਜਿਹਾ ਪਾਇਆ ਜਾ ਰਿਹਾ ਇਹ ਪੰਜਾਬ ਦੇ ਪੜ੍ਹਾਉਣ ਵਾਲੇ ਟੀਚਰਾਂ ਦੇ ਨਾਲ ਤੇ ਪੜ੍ਹਨ ਵਾਲੇ ਬੱਚਿਆਂ ਦੇ ਨਾਲ ਧੱਕਾ ਮਹਿਸੂਸ ਕੀਤਾ ਗਿਆ ਉਧਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇੱਕ ਦਿੱਲੀ ਦੇ ਵਿੱਚ ਲਗਭਗ 1000 ਸਕੂਲ ਹੈ ਤੇ ਪੰਜਾਬ ਦੇ ਵਿੱਚ 19000 ਸਕੂਲ ਹੈ ਜਦੋਂ ਅਸੀਂ ਇੰਨੇ ਵੱਡੇ ਕਿਸੇ ਸਿਸਟਮ ਨੂੰ ਅਸੀਂ ਮੈਨੇਜ ਕਰਨਾ ਹੈ ਤਾਂ ਨੋ ਡਾਊਟ ਉਹਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਵੀ ਰਹੀਆਂ ਰਹਿ ਜਾਂਦੀਆਂ ਨੇ ਤੇ ਰਹਿ ਗਈਆਂ ਹੋਣਗੀਆਂ ਜੀ ਜੀ ਬਾਕੀ ਅੱਜ ਸਿੱਖਿਆ ਮੰਤਰੀ ਸਾਹਿਬ ਨੇ ਆਪਣੇ ਮੂੰਹ ਇਹ ਗੱਲ ਕਹੀ ਹੈ ਕਿ ਬਹੁਤ ਸਾਰੇ ਥਾਵਾਂ ਤੇ ਮੈਂ ਆਪ ਜਾ ਕੇ ਦੇਖਿਆ ਕਿ ਅਧਿਆਪਕਾਂ ਨੇ ਬਹੁਤ ਸੋਹਣੇ ਸਕੂਲ ਬਣਾਏ ਹੋਏ ਨੇ ਚਾਹੇ ਉਹ ਸਰਕਾਰ ਦੀ ਮਦਦ ਨਾਲ ਹੈ ਜਾਂ ਉਹ ਗੈਰ ਸਰਕਾਰੀ ਮਦਦ ਦੇ ਨਾਲ ਆ ਭਾਵ ਕਿ ਕਿਸੇ NRI ਜਾਂ ਕਿਸੇ NGO ਜਾਂ ਹੋਰ ਦਾਨੀ ਸੱਜਣਾਂ ਦੀ ਮਦਦ ਦੇ ਨਾਲ ਪੰਜਾਬ ਦੇ ਵਿੱਚ ਚੰਗੇ ਸਕੂਲ ਵੀ ਬਣੇ ਆ ਇਸ ਗੱਲ ਤੋਂ ਕੋਈ ਆਪਾਂ ਮੁਨਕਰ ਨਹੀਂ ਹੋ ਸਕਦੇ ਪਰ ਜੇ ਅਸੀਂ ਕਹਿ ਲਈਏ ਕਿ ਸਾਰੇ ਸਕੂਲ ਜਿਹੜੇ ਆ 100% ਸਕੂਲ ਜਿਹੜੇ ਨੇ ਉਹ ਬੜੇ ਵਧੀਆ ਚੰਗੇ ਸਟੈਂਡਰਡ ਦੇ ਬਣ ਗਏ ਨੇ ਉਹ ਮੈਂ ਸਮਝਦਾ ਕਿ ਕਮੀਆਂ ਜਿਹੜੀਆਂ ਉਹ ਰਹਿਣਗੀਆਂ ਕਿਉਂਕਿ ਇਹਦੇ 'ਚ ਕੀ ਹੁੰਦਾ ਕੀ ਹੈ ਕਿ ਸਾਡੇ ਨਾਲ ਵੀ ਕਈ ਵਾਰੀ ਇਹ ਸਵਾਲ ਕੀਤਾ ਜਾਂਦਾ ਕਿ ਇਹ ਵੇਖੋ ਜੀ ਕਮਰਿਆਂ ਦੀ ਘਾਟ ਆ ਜੀ ਉਹ ਹੈ ਜੀ ਆ ਪਰ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਜਦੋਂ ਕਿਸੇ ਸਕੂਲ ਦੀ ਪੜ੍ਹਾਈ ਚੰਗੀ ਹੁੰਦੀ ਹੈ ਤਾਂ ਉੱਥੇ ਬੱਚਿਆਂ ਦੀ ਗਿਣਤੀ ਵੱਧ ਜਾਂਦੀ ਹੈ ਜੀ ਤੇ ਜਦੋਂ ਬੱਚਿਆਂ ਦੀ ਗਿਣਤੀ ਵਧੇਗੀ ਤੇ ਕਮਰੇ ਘਟਣਗੇ ਜੀ ਉੱਥੇ ਬੈਂਚ ਵੀ ਘਟਣਗੇ ਉੱਥੇ ਅਧਿਆਪਕ ਵੀ ਘਟਣਗੇ ਉਹ ਤੇ ਸਰਕਾਰ ਨੇ ਡਬਲ ਸ਼ਿਫਟ 'ਚ ਸਕੂਲ ਖੋਲਣ ਦਾ ਫੈਸਲਾ ਕੀਤਾ ਹੈ ਤੇ ਇਸ ਕਰਕੇ ਜਦੋਂ ਜਿਵੇਂ ਜਿਵੇਂ ਇਹ ਅੱਗੇ ਅੱਗੇ ਸਿਸਟਮ ਨੇ ਚੱਲਣਾ ਹੈ ਇਹਦੇ ਵਿੱਚ ਕਮੀਆਂ ਜਿਹੜੀਆਂ ਨਵੀਆਂ ਸਾਨੂੰ ਜ਼ਰੂਰਤਾਂ ਵੀ ਪੈਣਗੀਆਂ ਅਤੇ ਅਗਰ ਸਰਕਾਰ ਉਹਨਾਂ ਜ਼ਰੂਰਤਾਂ ਨੂੰ ਟਾਈਮਲੀ ਜਿਹੜਾ ਉਹ ਟੇਕਅਪ ਕਰਕੇ ਅਤੇ ਉਹਨਾਂ ਨੂੰ ਦੂਰ ਕਰੀ ਜਾਵੇ ਤਾਂ ਮੇਰਾ ਖਿਆਲ ਆ ਕਿ ਕੋਈ ਜਿਹੜਾ ਕਮੀ ਜਿਹੜੀ ਆ ਉਹ ਰਹਿਣੀ ਨਹੀਂ ਅੱਛਾ ਕਿ ਇਹ ਵੀ ਇੱਕ ਬੜਾ ਜ਼ਿਆਦਾ ਫੈਲਾਇਆ ਗਿਆ ਹੈਗਾ ਮਾਹੌਲ ਜਿਹਾ ਸਿਰਜਿਆ ਗਿਆ ਕਿ ਸਰਕਾਰੀ ਸਕੂਲ ਇਸ ਕਰਕੇ ਪੜ੍ਹਾਈ ਪੱਖੋਂ ਪਿੱਛੇ ਰਹਿ ਗਏ ਨੇ ਕਿ ਇੱਥੇ ਪੜ੍ਹਾਉਣ ਵਾਲੇ ਜਿਹੜੇ ਟੀਚਰ ਨੇ ਉਹਨਾਂ ਦੇ ਵੀ ਜਿਹੜੇ ਬੱਚੇ ਨੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ ਪਿੰਡ ਦੇ ਸਰਪੰਚ ਦਾ ਪਿੰਡ ਦੇ ਨੰਬਰਦਾਰ ਦਾ ਜ਼ਿਲ੍ਹੇ ਦੇ MLA ਦਾ ਵਿਧਾਇਕ ਦਾ ਅਫਸਰਾਂ ਦੇ ਨਿਆਣੇ ਮਹਿੰਗੇ ਸਕੂਲਾਂ 'ਚ ਪੜ੍ਹਦੇ ਨੇ ਅਤੇ ਇਸ ਕਰਕੇ ਪੜ੍ਹਾਈ ਸਰਕਾਰੀ ਸਕੂਲਾਂ ਦੀ ਮਾੜੀ ਹੋਈ ਜਿਹੜਾ ਮਾਹੌਲ ਸਿਰਜਿਆ ਗਿਆ ਇਹਨੂੰ ਕਿਵੇਂ ਦੇਖਦੇ ਜੀ ਉਧਰ ਸਾਹਿਬ ਇਹ ਜਿਹੜਾ ਮਾਹੌਲ ਸਿਰਜਿਆ ਗਿਆ ਜੀ ਜਿਹੜੀ ਦੇਖੋ ਜਿਹੜੀ ਲੋਕਾਂ ਦੀ ਸੋਚ ਹੁੰਦੀ ਹੈ ਨਾ ਜੀ ਜੀ ਉਹਨੂੰ ਬਣਨ ਤੇ ਬਦਲਣ ਤੇ ਬਹੁਤ ਟਾਈਮ ਲੱਗਦਾ ਜੀ ਇਹ ਸੋਚ ਕਿਸੇ ਟਾਈਮ ਬਣੀ ਸੀ ਕਿਉਂਕਿ ਆਪਾਂ ਕਿਤੇ ਨਾ ਕਿਤੇ ਸਾਰਿਆਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਹੈ ਕਿ ਸਰਕਾਰਾਂ ਦੀ ਕਿਤੇ ਉਹ ਪ੍ਰਾਇਓਰਟੀ ਜਿਹੜੀ ਹੈ ਐਜੂਕੇਸ਼ਨ ਨਹੀਂ ਰਹੀ ਜੋ ਹੋਣੀ ਚਾਹੀਦੀ ਹੈ ਜੀ 1947 ਤੋਂ ਲੈ ਕੇ ਜਿੰਨੇ ਵੀ ਨੈਸ਼ਨਲ ਲੈਵਲ ਦੇ ਕਮਿਸ਼ਨ ਬੈਠੇ ਜਿੰਨੀਆਂ ਵੀ ਕਮੇਟੀਆਂ ਬੈਠੀਆਂ ਉਹਨਾਂ ਨੇ ਜਿੰਨੇ ਪਰਸੈਂਟ ਬਜਟ ਜਿਹੜਾ ਹੈ ਉਹ ਸਿੱਖਿਆ 'ਤੇ ਖਰਚਣ ਦੀ ਗੱਲ ਕੀਤੀ ਰਿਕਮੈਂਡੇਸ਼ਨ ਕੀਤੀ ਹੈ ਉਹਨਾਂ ਬਜਟ ਅਸੀਂ ਸਿੱਖਿਆ ਦੇ ਉੱਤੇ ਨਹੀਂ ਖਰਚ ਸਕੇ ਜਿਹਦੇ ਕਰਕੇ ਸਾਡੇ ਸਿਸਟਮ ਦੇ ਵਿੱਚ ਕਮੀਆਂ ਜਿਹੜੀਆਂ ਸੀ ਉਹ ਪੈਦਾ ਹੋਈਆਂ ਉਹਦੇ ਕਰਕੇ ਲੋਕਾਂ ਦੀ ਸੋਚ ਜਿਹੜੀ ਸੀ ਉਹ ਬਦਲੀ ਹੈ ਪਰੰਤੂ ਹੁਣ ਪਿਛਲੇ ਕੁਝ ਸਮੇਂ ਤੋਂ ਜਿਹੜਾ ਹੈ ਉਹ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਮੁੱਦੇ ਬਣਨੇ ਸ਼ੁਰੂ ਹੋ ਗਏ ਸਕੂਲ ਐਜੂਕੇਸ਼ਨ ਮੁੱਦਾ ਬਣ ਗਈ ਲੋਕਾਂ ਨੇ ਲੋਕ ਇਸ ਪ੍ਰਤੀ ਜਾਗਰੂਕ ਹੋ ਗਏ ਤਾਂ ਹੁਣ ਜਿਹੜਾ ਸਰਕਾਰਾਂ ਨੇ ਉਹਦੇ ਵੱਲ ਤਵੱਜੋ ਜਿਹੜੀ ਆ ਉਹ ਵਧਾਈ ਹੈ ਅਤੇ ਹੁਣ ਪਿਛਲੇ ਸਮੇਂ ਦੇ ਵਿੱਚ ਕਾਫੀ ਮਾਹੌਲ ਜਿਹੜਾ ਬਦਲਿਆ ਉਹਦੇ 'ਚ ਸਾਡੇ ਬਹੁਤ ਸਾਰੇ ਟੀਚਰਸ ਨੇ ਵੀ ਆਪਣੇ ਬੱਚੇ ਦਾਖਲ ਕਰਾਏ ਹੈ ਔਰ ਜਿਹੜੇ ਪਿੰਡ ਦੇ ਸਰਪੰਚ ਨੰਬਰਦਾਰ ਈਵਨ ਸਾਡੇ ਫਿਰੋਜ਼ਪੁਰ ਦੇ MLA ਦਾ ਬੱਚਾ ਜਿਹੜਾ ਉਹਨੇ ਵੀ ਸਰਕਾਰੀ ਸਕੂਲ ਦੇ ਵਿੱਚ ਆਪਣੀ ਸਿੱਖਿਆ ਜਿਹੜੀ ਆ ਉਹ ਹਾਸਲ ਕੀਤੀ ਆ ਪਿਛਲੇ ਸਾਲ ਉਹਨਾਂ ਨੇ ਦਾਖਲ ਕਰਵਾਇਆ ਸੀਗਾ ਸ਼ਾਇਦ ਤੁਸੀਂ ਮੀਡੀਆ ਦੇ ਵਿੱਚ ਉਹ ਸਾਰਾ ਪੜ੍ਹਿਆ ਵੀ ਹੋਏਗਾ ਸੁਣਿਆ ਵੀ ਹੋਏਗਾ ਅਤੇ ਕਹਿਣ ਦਾ ਭਾਵ ਇਹ ਆ ਕਿ ਸੋਚ ਜਿਹੜੀ ਆ ਉਹ ਹੌਲੀ ਹੌਲੀ ਬਦਲੇਗੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪ੍ਰਿੰਸੀਪਲ ਸਾਹਿਬ ਇੱਕ ਹੋਰ ਆ ਕਿ ਐਜੂਕੇਸ਼ਨ ਡਿਪਾਰਟਮੈਂਟ ਬਹੁਤ ਵੱਡਾ ਚੌੜਾ ਡਿਪਾਰਟਮੈਂਟ ਆ ਉਹ ਇਹ ਲੋਕ ਦੱਸਦੇ ਨੇ ਸਰਕਾਰੀ ਲੈਵਲ 'ਤੇ ਕਿ 125,000 ਦੇ ਕਰੀਬ ਟੀਚਰ ਨੇ
ਫਿਰ ਵੀ ਐਜੂਕੇਸ਼ਨ ਸਾਡੀ ਪਿੱਛੇ ਰਹਿ ਗਈ ਪੰਜਾਬ ਦੀ, ਕੀ ਮੰਨਦੇ ਹੈਗੇ ਜੀ ਕਿੱਥੇ ਕਮੀ ਰਹਿ ਗਈ? ਦੇਖੋ ਜੀ, ਕਮੀਆਂ ਜਿਹੜਾ ਟੀਚਰ ਸਾਡੇ ਕੋਲੇ ਠੀਕ ਹੈ 2,25,000 ਹੈਗਾ, ਪਰ ਜੀ ਦੇਖਣਾ ਪਏਗਾ ਕਿ ਸਾਡੀ ਰਿਕੁਆਇਰਮੈਂਟ ਕਿੰਨੀ ਹੈ ਜੀ। ਅਸੀਂ ਕਿਸੇ ਚੀਜ਼ ਨੂੰ ਇੱਕ ਪਾਸੇ ਪਾਸਿਓਂ ਨਹੀਂ ਵੇਖ ਸਕਦੇ, ਕਿਉਂਕਿ ਹਰ ਪਿੰਡ 'ਚ ਸਾਡਾ ਸਕੂਲ ਹੈ ਜੀ, ਤਾਂ ਜਿੱਥੇ ਜਿੱਥੇ ਸਾਡਾ ਸਕੂਲ ਹੈ ਉੱਥੇ ਜੇ 12,000-13,000 ਪਿੰਡ ਹੈ ਪੰਜਾਬ ਦੇ ਵਿੱਚ, ਅਤੇ 12,000-13,000 ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਹੈ, ਸ਼ਹਿਰਾਂ ਦੇ ਵਿੱਚ ਕਈ ਕਈ ਸਕੂਲ ਨੇ, ਫਿਰ ਸਾਡੇ ਮਿਡਲ ਹੈ, ਹਾਈ ਹੈ, ਸੀਨੀਅਰ ਸੈਕੰਡਰੀ ਸਕੂਲ ਨੇ, ਤਾਂ ਬੱਚਿਆਂ ਦੇ ਹਿਸਾਬ ਦੇ ਨਾਲ, ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਸਾਨੂੰ ਅਧਿਆਪਕਾਂ ਦੀ ਜ਼ਰੂਰਤ ਪੈਂਦੀ ਹੈ। ਅਤੇ ਇਹ ਗੱਲ ਮਸਲਾ ਇਹ ਨਹੀਂ ਕਿ 2,25,000 ਹੈ ਜਾਂ 1,50,000 ਹੈ, ਜੇ 2,00,000 ਦੀ ਲੋੜ ਹੈ ਤਾਂ ਸਾਨੂੰ 2,00,000 ਚਾਹੀਦਾ ਹੈ, ਜੇ 1,00,000 ਦੀ ਲੋੜ ਹੈ ਤਾਂ ਸਾਨੂੰ 1,00,000 ਚਾਹੀਦਾ ਹੈ। ਹਾਂ, ਕੋਈ 5-10% ਕਿਤੇ ਕਮੀ ਹੋਵੇ ਤਾਂ ਉਹ ਕਵਰ ਅਪ ਹੋ ਸਕਦੀ ਹੈ, ਜੇ ਜ਼ਿਆਦਾ ਪ੍ਰਿੰਸੀਪਲ ਸਾਹਿਬ ਇਹ ਉਹ ਨਹੀਂ ਤਾਂ ਲੱਗਦਾ ਕਿ ਸਾਡੇ ਜਿਹੜੇ ਪੋਲੀਟੀਕਲ ਸਿਸਟਮ ਉਹਨਾਂ ਨੇ ਬੜਾ ਨੁਕਸਾਨ ਕੀਤਾ ਕਿ ਪ੍ਰਾਇਮਰੀ ਤੋਂ ਮਿਡਲ ਬਣਾਤਾ, ਮਿਡਲ ਤੋਂ ਹਾਈ ਬਣਾਤਾ, ਹਾਈ ਤੋਂ ਸੈਕੰਡਰੀ ਬਣਾਤਾ? ਤਾਂ ਲੱਗਦਾ ਨਹੀਂ ਕਿ ਸਕੂਲਾਂ ਦੀ ਗਿਣਤੀ ਜ਼ਿਆਦਾ ਹੋ ਗਈ ਹੈ, ਟੀਚਰਾਂ ਦੀ ਘੱਟ ਹੋ ਗਈ ਆ, ਹੁਣ ਤਾਂ ਸਾਧਨ ਵੀ ਬਹੁਤ ਜ਼ਿਆਦਾ ਹੈਗਾ, ਪਿੰਡੋ ਪਿੰਡ ਮਿਡਲ ਸਕੂਲ ਖੋਲਣ ਦੀ ਲੋੜ ਨਹੀਂ ਹੈਗੀ ਜੀ। ਦੇਖੋ ਜੀ, ਸਾਧਨ ਭਾਵੇਂ ਬੇਸ਼ੱਕ ਹੋਏ ਹੈ, ਪਰੰਤੂ ਅੱਜ ਵੀ ਸਾਨੂੰ ਬਹੁਤ ਸਾਰੇ ਜਿਹੜੇ ਮਾਪੇ ਆ, ਜਦੋਂ ਅਸੀਂ ਫੀਲਡ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨੇ ਪਾਓ, ਅਤੇ ਸਾਨੂੰ ਅੱਗੋਂ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਪ੍ਰਾਈਵੇਟ ਸਕੂਲ ਦੀ ਜਿਹੜੀ ਗੱਡੀ ਆ ਉਹ ਸਾਡੇ ਘਰ ਦੇ ਅੱਗੋਂ ਬੱਚੇ ਨੂੰ ਲੈ ਜਾਂਦੀ ਹੈ ਅਤੇ ਘਰ ਦੇ ਅੱਗੇ ਹੀ ਛੱਡ ਕੇ ਜਾਂਦੀ ਹੈ। ਕੀ ਤੁਹਾਡੇ ਸਕੂਲ ਦੀ ਗੱਡੀ ਸਾਡੇ ਬੱਚੇ ਨੂੰ ਸਾਡੇ ਘਰੋਂ ਪਿੱਕ ਕਰੇਗੀ ਅਤੇ ਘਰੇ ਛੱਡੇਗੀ? ਅਤੇ ਉਹ ਜਿਹੜਾ ਸਿਸਟਮ ਆ, ਟਰਾਂਸਪੋਰਟੇਸ਼ਨ ਦਾ ਸਿਸਟਮ ਆ, ਉਹ ਹਾਲੇ ਅਸੀਂ ਸਰਕਾਰੀ ਸਕੂਲਾਂ ਵਾਸਤੇ ਉਸ ਤਰੀਕੇ ਨਾਲ ਡਿਵੈਲਪ ਵੱਡੇ ਪੱਧਰ 'ਤੇ ਨਹੀਂ ਕਰ ਸਕੇ। ਅਤੇ ਜੇ ਉਹ ਹੋ ਜਾਂਦਾ ਹੈ ਤਾਂ ਫਿਰ ਸ਼ਾਇਦ ਮੈਨੂੰ ਲੱਗਦਾ ਕਿ ਆਪਣੇ ਆਪ ਹੀ ਲੋਕ ਜਿਹੜੇ ਆ ਉਹ ਜਿਹੜੇ ਚੰਗੇ ਸਕੂਲ ਹੈਗੇ ਆ ਉਹਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਣਾ ਪਸੰਦ ਕਰਨਗੇ, ਅਤੇ ਸ਼ਾਇਦ ਛੋਟੇ ਛੋਟੇ ਸਕੂਲ ਜਿਹੜੇ ਆ ਉਹਨਾਂ ਦੀ ਜ਼ਿਆਦਾ ਜ਼ਰੂਰਤ ਨਾ ਪਵੇ ਲੋਕਾਂ ਨੂੰ ਇਹ ਗੱਲ, ਕਿਉਂਕਿ ਜਦੋਂ ਬੱਚੇ ਨੂੰ ਜ਼ਿਆਦਾ ਤੁਰ ਕੇ ਦੂਰ ਜਾਣਾ ਪੈਂਦਾ ਹੈ, ਫਿਰ ਲੋਕਾਂ ਦੇ ਵਣਾਂ ਦੇ ਵਿੱਚ ਜਾਂ ਮੰਗ ਉੱਠਦੀ ਹੈ ਕਿ ਇਹ ਸਾਡੇ ਪਿੰਡ ਦੇ ਵਿੱਚ ਤੁਸੀਂ ਮਿਡਲ ਸਕੂਲ ਬਣਾਓ ਜੀ, ਸਾਡੇ ਪਿੰਡ 'ਚ ਹਾਈ ਬਣਾਓ, ਸਾਡੇ ਸਕੂਲ 'ਚ ਸੀਨੀਅਰ ਸੈਕੰਡਰੀ ਬਣਾਓ। ਜੇ ਅਸੀਂ ਉਹਨਾਂ ਨੂੰ ਅਲਟਰਨੇਟਿਵ ਦੇਈਏ ਤਾਂ ਫਿਰ ਮੇਰਾ ਖਿਆਲ ਇਹ ਚੀਜ਼ਾਂ ਤੋਂ ਅਸੀਂ ਬਚ ਸਕਦੇ ਹਾਂ। ਅੱਛਾ, ਅੱਜ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਫੇਸ ਟੂ ਫੇਸ ਗੱਲਬਾਤ ਕੀਤੀ ਉਹਨਾਂ ਨੇ ਇੱਕ ਤੇ ਮੈਨੂੰ ਵੀ ਨਿੱਜੀ ਤੌਰ 'ਤੇ ਮਹਿਸੂਸ ਹੋ ਰਿਹਾ ਕਿ ਚਲੋ ਕਿਸੇ ਮੁੱਖ ਮੰਤਰੀ ਨੇ ਹਿੰਮਤ ਤੇ ਕੀਤੀ, ਸਰਕਾਰ ਦਾ ਏਜੰਡਾ ਦੇਖਿਆ ਐਜੂਕੇਸ਼ਨ, ਕਿਉਂਕਿ ਸਰਕਾਰਾਂ ਐਜੂਕੇਸ਼ਨ ਅਤੇ ਹੈਲਥ ਨੂੰ ਭੁੱਲ ਗਈਆਂ, ਪਰ ਇਹ ਵੀ ਮੁੱਖ ਮੰਤਰੀ ਵੱਲੋਂ ਕੁਛ ਸੰਬੋਧਨ ਕੀਤਾ ਗਿਆ ਕਿ ਜਿਹੜੇ ਮਾਸਟਰ ਧਰਨੇ ਦੇ ਰਹੇ ਨੇ ਉਹਨਾਂ ਨੂੰ ਰੈਗੂਲਰ ਕਰ ਦਾਂਗੇ, ਧਰਨੇ ਨਾ ਦਿਓ, ਨਾ ਟੈਂਕੀਆਂ 'ਤੇ ਚੜੋ, ਨਾਲ ਪੁਲਿਸ ਲਾਠੀ ਚਾਰਜ ਕਰਨਾ ਪਵੇ ਜੀ? ਭੁੱਲਰ ਸਾਹਿਬ, ਇਹ ਬੜੀ ਵੱਡੀ ਤ੍ਰਾਸਦੀ ਹੈ ਕਿ ਸਾਡੇ ਕੋਲ ਜਿਹੜੇ ਟੀਚਰ ਕੰਮ ਕਰਦੇ ਹੈ ਜੀ, ਉਹ ਕਈਆਂ ਦੀ ਤਾਂ 3,500 ਰੁਪਇਆ ਮਹੀਨੇ ਦੀ ਤਨਖਾਹ ਹੈ, ਜਿਹਨੂੰ ਅਸੀਂ ਮਾਣ ਪੱਤਾ ਕਹਿੰਦੇ ਹਾਂ ਜੀ। ਉਸ ਤੋਂ ਬਾਅਦ 6,500 ਹੈ, 8,200 ਹੈ, 10,000 ਹੈ ਜੀ। ਅੱਜ ਦੇ ਸਮੇਂ ਦੇ ਵਿੱਚ ਤੁਸੀਂ ਆਪ ਸੋਚੋ ਕਿ ਜਦੋਂ ਇੱਕ ਦਿਹਾੜੀਦਾਰ ਜਿਹੜਾ ਆ ਉਹ ਵੀ 400-500 ਤੋਂ ਘੱਟ ਕੰਮ ਨਹੀਂ ਕਰਦਾ, ਤਾਂ ਇੱਕ ਜਿਹੜੇ ਜਿਹਨੇ ਸਾਡੇ ਭਵਿੱਖ ਨੂੰ ਸਵਾਰਨ ਵਾਸਤੇ ਜਿਹਦੀ ਅਸੀਂ ਜ਼ਿੰਮੇਵਾਰੀ ਲਈ ਹੈ, ਜੇ ਉਹਦਾ ਆਪਣਾ ਹੀ ਭਵਿੱਖ ਉਹਨੂੰ ਨਜ਼ਰ ਨਹੀਂ ਆਉਂਦਾ ਜੀ, ਤੇ ਉਹ ਕਿਤੇ ਨਾ ਕਿਤੇ ਜਿਹੜੇ ਜਿਹੜੇ ਅਧਿਆਪਕ ਨੇ ਉਹ ਬੜੇ, ਜਦੋਂ ਅਸੀਂ ਉਹਨਾਂ ਨਾਲ ਵਿਚਰਦੇ ਹਾਂ, ਅਸੀਂ ਉਹਨਾਂ ਨੂੰ ਨੇੜਿਓਂ ਦੇਖਦੇ ਹਾਂ ਬੜੇ, ਕਿਉਂਕਿ ਅਸੀਂ ਫੀਲਡ ਦੇ ਵਿੱਚ ਜਾਂਦੇ ਰਹਿੰਦੇ ਹਾਂ, ਸਕੂਲਾਂ ਦੇ ਵਿੱਚ ਜੇ ਅਸੀਂ ਜਾਂਦੇ ਹਾਂ ਤਾਂ ਅਸੀਂ ਮਤਲਬ ਆਪਣੇ ਆਪ ਨੂੰ ਰੱਖ ਕੇ ਸੋਚਦੇ ਹਾਂ ਕਿ ਯਾਰ ਜੇ ਜੇ ਇੰਨਾ ਕੁ ਪੈਸਾ ਸਾਨੂੰ ਮਹੀਨੇ ਦਾ ਮਿਲੇ ਤੇ ਸਾਡਾ ਘਰ ਪਰਿਵਾਰ ਜਿਹੜਾ ਆ ਉਹ ਕਿਵੇਂ ਚੱਲੇਗਾ। ਅਜੇ ਤੁਸੀਂ ਤੇ ਬਿਲਕੁਲ ਸਰਹੱਦੀ ਜ਼ਿਲ੍ਹੇ 'ਚ ਬੈਠੇ ਹੈਗੇ, ਫਿਰੋਜ਼ਪੁਰ ਫਾਜ਼ਿਲਕਾ ਬੈਲਟ ਸਾਈਡ 'ਤੇ, ਵੈਸੇ ਵੀ ਮਿਲਦਾ ਕਿ ਬਾਰਡਰ ਦੇ ਸਕੂਲਾਂ ਦੇ ਵਿੱਚ ਬੱਚੇ ਵੀ ਘੱਟ ਹੋਣੇ ਤੇ ਪੜ੍ਹਾਉਣ ਵਾਲੇ ਵੀ ਜਿਹਨਾਂ ਦੀ ਗਿਣਤੀ ਉਹ ਵੀ ਬਹੁਤ ਨਾ ਮਾਤਰ ਹੀ ਹੋਣੀ। ਨਹੀਂ ਭੁੱਲਰ ਸਾਹਿਬ, ਜਿੰਨਾ ਬਾਰਡਰ ਦਾ ਏਰੀਆ ਨਾ ਜੀ, ਉੱਥੇ ਸਾਡੇ ਕੋਲ ਬੱਚੇ ਜ਼ਿਆਦਾ ਨੇ। ਅੱਛਾ ਜੀ, ਜਿਹੜਾ ਸਾਡਾ ਸਮਰੱਧ ਮਤਲਬ ਏਰੀਆ ਹੈਗਾ, ਚੰਗੇ ਜਿੱਥੇ ਘਰ ਨੇ, ਚੰਗੇ ਲੋਕ ਰਹਿੰਦੇ ਆ, ਉੱਥੇ ਸਾਡੇ ਸਕੂਲਾਂ 'ਚ ਸਗੋਂ ਬੱਚੇ ਘੱਟ ਨੇ, ਪਰ ਜਿਹੜੇ ਬਾਰਡਰ ਦੇ ਨਾਲ ਨਾਲ ਸਾਡੀ ਪੱਟੀ ਹੈ ਉੱਥੇ ਸਾਡੇ ਕੋਲ ਸਕੂਲ ਜਿਹੜੇ ਆ ਉਹ ਬੱਚੇ, ਬੱਚਿਆਂ ਦੀ ਗਿਣਤੀ ਖੁਣੋ ਸਾਨੂੰ ਕੋਈ ਦਿੱਕਤ ਨਹੀਂ ਹੈ ਜੀ, ਪਰ ਅਧਿਆਪਕ ਜਿਵੇਂ ਖਾਸ ਤੌਰ 'ਤੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਅਸੀਂ ਥੋੜ੍ਹਾ ਜਿਹੜੀ ਦਿੱਕਤ ਹੈ ਉਹ ਸਾਨੂੰ ਆ ਰਹੀ ਹੈ ਬਹੁਤ ਜ਼ਿਆਦਾ,
ਬਾਕੀ ਜਿਹੜੇ ਉੱਪਰਲੇ ਸਕੂਲ ਨੇ ਜਿਵੇਂ ਅਪਰ ਪ੍ਰਾਇਮਰੀ ਸਕੂਲ ਨੇ, ਮਿਡਲ ਹਾਈ ਸੀਨੀਅਰ ਸੈਕੰਡਰੀ ਸਕੂਲ, ਉਹਨਾਂ ਦੇ ਵਿੱਚ ਪਿੱਛੇ ਬਾਰਡਰ ਕੇਡਰ ਦੇ ਵਿੱਚ ਸਪੈਸ਼ਲ ਭਰਤੀ ਕੀਤੀ ਗਈ ਸੀ, ਉਹਦੇ ਤਹਿਤ ਸਾਨੂੰ ਅਧਿਆਪਕ ਮਿਲੇ ਆ ਅਤੇ ਉਹਦੇ ਨਾਲ ਸਾਨੂੰ ਕਾਫੀ ਰਾਹਤ ਜਿਹੜੀ ਆ ਉਹ ਜ਼ਿਲ੍ਹੇ ਨੂੰ ਮਿਲੀ ਹੈ। ਚਲੋ ਇੱਕ ਆਖਰੀ ਸਵਾਲ ਹੈ ਜੀ, ਅੱਜ ਮਾਸਟਰਾਂ ਨੇ ਕ੍ਰਿਸ਼ਨ ਕੁਮਾਰ ਨੂੰ ਯਾਦ ਕੀਤਾ ਕਿ ਨਹੀਂ ਕੀਤਾ ਜੀ? ਦੇਖੋ ਜੀ, ਕ੍ਰਿਸ਼ਨ ਕੁਮਾਰ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਦੇ ਜਿਹੜੇ ਅਧਿਆਪਕ ਨੇ ਜੀ ਜਾਂ ਪੰਜਾਬ ਦੇ ਜਿਹੜੇ ਵਿਛਿੰਦੇ ਨੇ ਜਾਂ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਯਾਦ ਕਰਦੇ ਰਹਿਣਗੇ ਜੀ, ਕਿਉਂਕਿ ਉਹਨਾਂ ਨੇ ਨਿੱਜੀ ਤੌਰ 'ਤੇ ਬਹੁਤ ਸਿੱਖਿਆ ਵਿਭਾਗ ਦੇ ਵਾਸਤੇ ਜਿਹੜਾ ਯਤਨ ਕੀਤਾ, ਉਹ ਯਤਨ ਕਿੰਨੇ ਕਾਰਗਰ ਰਹੇ ਕਿੰਨੇ ਕਾਰਗਰ ਨਹੀਂ ਰਹੇ ਉਹ ਚਲੋ ਆਪਣੀ ਆਪਣੀ ਹਰ ਇੱਕ ਬੰਦੇ ਦੀ ਰਾਏ ਹੈ, ਪਰ ਉਹਨਾਂ ਨੇ ਯਤਨ ਜ਼ਰੂਰ ਕੀਤੇ, ਇਸ ਕਰਕੇ ਉਹ ਉਹਨਾਂ ਨੂੰ ਯਾਦ ਕਰਦੇ ਰਹਿਣਗੇ ਲੋਕ। ਅਤੇ ਅੱਜ ਕਿਵੇਂ ਉਹਨਾਂ ਨੇ ਮੀਟਿੰਗ ਇਸ ਤਰ੍ਹਾਂ ਦੀਆਂ ਮੀਟਿੰਗਾਂ ਉਹ ਵੀ ਕਰਦੇ ਹੁੰਦੇ ਸੀ, ਭਾਵੇਂ ਉਹ ਛੋਟੇ ਗਰੁੱਪਾਂ 'ਚ ਕਰਦੇ ਸੀ, ਅਤੇ ਕਦੇ DO ਨੂੰ ਸੱਦ ਲਿਆ, ਕਦੇ ਮਤਲਬ BPO ਨੂੰ ਸੱਦ ਲਿਆ, ਕਦੇ BNO ਨੂੰ ਸੱਦ ਲਿਆ, ਅਤੇ ਇਹ ਮੀਟਿੰਗਾਂ ਮੋਹਾਲੀ ਦੇ ਵਿੱਚ ਆਮ ਹੁੰਦੀਆਂ ਸੀਗੀਆਂ, ਇਸ ਕਰਕੇ ਜਿਹੜਾ ਉਹਨੂੰ ਯਾਦ ਦਾ ਚਲੋ ਕੀਤਾ ਹੀ ਹੈ ਸਾਰਿਆਂ ਨੇ। ਪ੍ਰਿੰਸੀਪਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਅਤੇ ਅੱਗੇ ਵੀ ਗੱਲ ਕਰਦੇ ਰਹਾਂਗੇ, ਬਹੁਤ ਬਹੁਤ ਮਿਹਰਬਾਨੀ। ਤੁਹਾਡਾ ਵੀ ਬਹੁਤ ਧੰਨਵਾਦ ਜੀ ਕਿ ਤੁਸੀਂ ਪੰਜਾਬੀਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ, ਬਹੁਤ ਧੰਨਵਾਦ। ਮਿਹਰਬਾਨੀ ਮਿਹਰਬਾਨੀ। ਅੱਜ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵੱਡਾ ਯਤਨ ਕੀਤਾ ਗਿਆ ਲਾਜ਼ਮੀ ਤੌਰ 'ਤੇ, ਅੱਜ ਜਿਹੜਾ ਉਹਨਾਂ ਯਤਨ ਕੀਤੇ ਆਉਣ ਵਾਲੇ ਸਮੇਂ 'ਚ ਰਿਜ਼ਲਟ ਵੀ ਚੰਗੇ ਆਉਣਗੇ ਇਸੇ ਆਸ ਦੇ ਨਾਲ, ਕੱਲ੍ਹ ਫਿਰ ਮਿਲਾਂਗੇ, ਬਹੁਤ ਬਹੁਤ ਸ਼ੁਕਰੀਆ।